ਪਿਆਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ ਸਾਜ਼ਰ ਹੰਗਲੀ ਵੀਡੀਓ ਲੈ ਕੇ ਅੱਜ ਦੇ ਵੀਡੀਓ ਵਿੱਚ ਆਪਾਂ ਕਰਾਂਗੇ ਨਿਊ ਸਿਲੇਬਸ ਕਲਾਸ 10th ਅਤੇ 12th ਦਾ CBSE ਤੇ ਅੰਕ ਵੰਡ ਵੀ ਜਿਹੜੀ ਹੈ ਇਸ ਵਿੱਚ ਕੀਤੀ ਗਈ ਹੈ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜੁੜ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਨ ਬੜੀ ਸਰਵਿਸ ਸਭ ਤੋਂ ਪਹਿਲੇ ਤੁਹਾਨੂੰ ਮਿਲ ਸਕਣ ਤੇ ਅਸੀਂ ਸ਼ੁਰੂ ਕਰਦੇ ਆਪਾਂ ਨਿਊ ਸਿਲੇਬਸ ਕਲਾਸ 10th ਤੇ 12th ਸਲਾਨਾ ਪ੍ਰੀਖਿਆ ਅੰਕ ਵੰਡ ਪਾਗ ਪਹਿਲਾ ਹੈ ਪੜਨ ਕੌਸ਼ਲ ਤੇ ਇਸ ਵਿੱਚ ਤੁਹਾਨੂੰ ਬੱਚੂ ਆਏਗਾ ਸਭ ਤੋਂ ਪਹਿਲਾਂ ਅੰਡਿੱਠਾ ਪੈਰਾ ਜਿਸ ਵਿੱਚ ਤੁਹਾਨੂੰ 6 ਕੁਐਸਚਨ ਆਣਗੇ ਔਰ 6 ਜਿਹੜੇ ਹੋਣਗੇ ਉਹ ਇੱਕ ਇੱਕ ਅੰਕ ਦੇ ਹੋਣਗੇ ਤੇ ਦੂਸਰਾ ਕੁਐਸਚਨ ਹੈ ਤੁਹਾਡਾ ਅੰਡਿੱਠੀ ਕਾਫ ਟੁਕੜੀ ਤੇ ਇਸ ਦੇ ਨਾਲ ਜਿਹੜੇ 4 ਤੁਹਾਨੂੰ ਪ੍ਰਸ਼ਨ ਆਉਣਗੇ ਇੱਕ ਇੱਕ ਅੰਕ ਦਾ ਇਹ ਕੁਐਸਚਨ ਹੋਏਗਾ ਇਸ ਤਰ੍ਹਾਂ ਇਹ ਜਿਹੜੇ ਕੁੱਲ 4 ਨੰਬਰ ਦੇ ਹੋਣਗੇ ਤੇ ਜਿਹੜਾ ਤੁਹਾਡਾ ਪੜ੍ਹਨ ਕੌਸ਼ਲ ਭਾਗ ਹੈ ਇਹ ਟੋਟਲ ਤੁਹਾਡਾ 10 ਅੰਕਾਂ ਦਾ ਹੋਏਗਾ 10 ਮਾਰਕਸ ਦਾ ਤੇ 파ਰਕ ਦੂਜਾ ਹੈ ਜਿਹੜਾ ਉਹ ਹੈ ਵਿਆਕਰਨ ਬਹੁ ਵਿਕਲਪੀ ਤੇ ਛੋਟੇ ਉਤਰਾਂ ਵਾਲੇ ਪ੍ਰਸ਼ਨ ਇਹ ਜਿਹੜਾ ਤੁਹਾਡਾ ਪਾਰਟ ਹੈ ਇਹ 12 ਅੰਕਾਂ ਦਾ ਹੋਏਗਾ ਜਿਸ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸਮਾਸੀ ਸ਼ਬਦ ਤਿੰਨ ਪ੍ਰਸ਼ਨ ਆਉਣਗੇ ਬਹੁ ਵਿਕਲਪੀ ਐਮਸੀਕਿਊ ਬੇਸਡ ਤੇ ਜਿਸ ਵਿੱਚੋਂ ਤੁਸੀਂ ਦੋ ਕਰਨੇ ਹੋਣਗੇ 2 ਕੀ ਅੰਕ ਦਾ ਹੋਏਗਾ ਉਹ ਤੇ ਅਗਲਾ ਹੈ ਬਹੁ ਅਰਥਕ ਸ਼ਬਦ ਵਿਆਕਰਨ ਦਾ ਤੇ ਇਸ ਦੇ ਵੀ ਤੁਹਾਨੂੰ ਤਿੰਨ ਕੁਐਸਚਨ ਆਣਗੇ ਬਹੁ ਵਿਕਲਪੀ ਇਸ ਵਿੱਚੋਂ ਤੁਸੀਂ ਦੋ ਕਰੋਗੇ ਦੋ ਅੰਕਾਂ ਦੇ ਹੋਣਗੇ ਮਤਲਬ 2 ਕੀ ਅੰਕ ਦਾ ਤੇ ਪ੍ਰਸ਼ਨ ਨੰਬਰ 5 ਹੈ ਕਿਰਿਆ ਵਿਸ਼ੇਸ਼ਣ ਬਹੁ ਵਿਕਲਪੀ ਤਿੰਨ ਵਿੱਚੋਂ ਕੋਈ ਦੋ ਕਿਰਿਆ ਵਿਸ਼ੇਸ਼ਣ ਵਿੱਚੋਂ ਤੁਹਾਨੂੰ ਤਿੰਨ ਕੁਐਸਚਨ ਆਣਗੇ ਇਹ ਵੀ ਬਹੁ ਵਿਕਲਪੀ ਹੋਣਗੇ ਇਸ ਵਿੱਚੋਂ ਕੋਈ ਤੁਸੀਂ ਦੋ ਕਰੋਗੇ ਅਗਲਾ ਹੈ ਪ੍ਰਸ਼ਨ ਨੰਬਰ 6 ਅਗੇਤਰ ਪਿਛੇਤਰ ਜਿਸ ਵਿੱਚੋਂ ਤੁਹਾਨੂੰ ਦੋ ਵਿੱਚੋਂ ਕੋਈ ਇੱਕ ਕਰਨਾ ਹੋਵੇਗਾ ਤੇ ਇਹ ਤੁਹਾਡਾ ਦੋ ਅੰਕਾਂ ਦਾ ਹੋਏਗਾ ਮਤਲਬ ਦੋਨੋਂ ਅਗੇਤਰ ਵੀ ਦੋ ਤੇ ਪਿਛੇਤਰ ਵਿੱਚ ਦੋ ਦੋ ਆਣਗੇ ਜਿਸ ਵਿੱਚੋਂ ਤੁਸੀਂ ਕੋਈ ਇੱਕ-ਇੱਕ ਕਰੋਗੇ ਤੇ ਅੱਗੇ ਹੈ ਪ੍ਰਸ਼ਨ ਨੰਬਰ 7 ਮੁਹਾਵਰੇ ਕੱਕੇ ਤੋਂ ਛੱਜੇ ਤੱਕ ਵਾਕਾਂ ਵਿੱਚ ਵਰਤ ਕੇ ਆਤ ਸਪਸ਼ਟ ਕਰਨਾ ਇਹ ਤੁਹਾਡੇ ਚਾਰ ਮੁਹਾਵਰੇ ਜਿਹੜੇ ਚਾਰ ਅੰਕਾਂ ਦੇ ਆਉਣਗੇ ਤੇ 17ਵਾਂ ਪ੍ਰਸ਼ਨ ਜਿਹੜਾ ਹੈ ਇਹ ਮੁਹਾਵਰੇ ਦਾ ਕੱਕੇ ਤੋਂ ਛੱਜੇ ਤੱਕ ਜਿਹੜੇ ਨੇ ਮੁਹਾਵਰੇ ਤੁਹਾਡੇ ਸਿਲੇਬਸ ਵਿੱਚ ਹਨ ਤੇ ਮੁਹਾਵਰੇ ਤੁਹਾਨੂੰ ਆਉਣਗੇ ਚਾਰ ਅੰਕਾਂ ਦੇ ਪ੍ਰਸ਼ਨ ਨੰਬਰ 7 ਹੈ ਮੁਹਾਵਰੇ ਹੋ ਗਿਆ ਹੈ ਅੱਗੇ ਭਾਗ 3 ਹੈ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਜਿਹੜਾ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਹੈ ਤੁਹਾਡਾ ਆਏਗਾ 18 ਮਾਰਕਸ ਦਾ 18 ਅੰਕਾਂ ਦਾ ਜਿਵੇਂ ਕਿ ਪ੍ਰਸ਼ਨ ਨੰਬਰ 8 ਹੈ ਲੇਖ ਰਚਨਾ ਵਿਚਾਰ ਪ੍ਰਧਾਨ ਆਮ ਵਿਸ਼ੇ 200 ਸ਼ਬਦਾਂ ਵਿੱਚ ਤਿੰਨ ਲੇਖ ਚੋਣ ਆਧਾਰਿਤ ਨੁਕਤੇਆਂ ਕੀਮਤ ਦੇ ਨਾਲ ਮਤਲਬ ਤਿੰਨ ਵਿਸ਼ੇ ਆਉਣਗੇ ਤੁਹਾਨੂੰ ਤੇ ਕੋਈ ਵਿਸ਼ਾ ਹੋ ਸਕਦਾ ਰਾਜਨੀਤਿਕ ਧਾਰਮਿਕ ਤੇ ਇਸ ਤਰ੍ਹਾਂ ਜਿਹੜੇ ਤਿੰਨ ਤਰ੍ਹਾਂ ਤੁਹਾਨੂੰ ਐਸੇ ਆਣਗੇ ਤਿੰਨ ਲੇਖ ਹੋਣਗੇ ਤਿੰਨਾ ਵਿੱਚੋਂ ਤੁਸੀਂ ਕੋਈ ਇੱਕ ਲੇਖ ਕਰੋਗੇ 200 ਸ਼ਬਦਾਂ ਦੇ ਵਿੱਚ ਤੇ ਉਹਨਾਂ ਦੇ ਨੁਕਤੇ ਜਿਹੜੇ ਨੇ ਨਾਲ ਦਿੱਤੇ ਹੋਣਗੇ ਹੈਡਿੰਗਸ ਤੇ ਇਹ ਹੋਏਗਾ ਤੁਹਾਡਾ 8 ਅੰਕਾਂ ਦਾ ਲੇਖ ਤੇ ਨੰਬਰ 9 ਹੈ ਪੱਤਰ ਰਚਨਾ ਨਿਜੀ ਤੇ ਬਿਨੇ ਪੱਤਰ ਇਹ ਤੁਹਾਨੂੰ ਮਤਲਬ ਦੋ ਪੱਤਰ ਆਉਣਗੇ ਜਿਸ ਵਿੱਚੋਂ ਕੋਈ ਇੱਕ ਪੱਤਰ ਤੁਸੀਂ ਲਿਖੋਗੇ 6 ਅੰਕਾਂ ਦਾ ਆਏਗਾ ਪ੍ਰਸ਼ਨ ਨੰਬਰ 7 ਹੈ ਚਿੱਤਰ ਜਾਂ ਤਸਵੀਰ ਵਰਣਨ ਇਹ ਤੁਹਾਨੂੰ ਆਏਗਾ 50 ਅੰਕਾਂ ਦਾ ਕੋਈ ਚਿੱਤਰ ਆਏਗਾ ਉਸ ਨੂੰ ਤੁਸੀਂ ਵਰਣਨ ਕਰਨਾ ਹੋਵੇਗਾ ਦੇਖ ਕੇ ਤੇ ਇਹ 4 ਅੰਕਾਂ ਦਾ ਹੋਵੇਗਾ ਅੱਗੇ ਹੈ ਭਾਗ 3 ਪ੍ਰਭਾਵਸ਼ਾਲੀ ਲਿਖਣ ਕੌਸ਼ਲ ਇਹ ਆਪਣਾ ਹੋ ਚੁੱਕਿਆ ਹੈ ਭਾਗ 4 ਹੈ ਅ ਪਾਠ ਪੁਸਤਕ ਤੇ ਆਧਾਰਿਤ ਤੇ ਇਹ ਜਿਹੜਾ ਤੁਹਾਡਾ ਪਾਰਟ ਹੈ ਇਹ 40 ਮਾਰਕਸ ਦਾ ਆਏਗਾ ਕੁੱਲ 40 ਅੰਕਾਂ ਦਾ ਪਾਠ ਪੁਸਤਕ ਵਿੱਚੋਂ ਕਹਾਣੀ ਕਵਿਤਾਵਾਂ ਤੇ ਇਕਾਂਗੀਆਂ ਵਿੱਚੋਂ ਕੁਐਸਚਨ ਆਣਗੇ ਜਿਹੜੇ ਪ੍ਰਸ਼ਨ ਨੰਬਰ 11 ਹੈ ਕਹਾਣੀ ਤੇ ਵਾਰਤਕ ਵਿੱਚੋਂ ਬਹੁ ਵਿਕਲਪੀ ਪੰਜ ਪ੍ਰਸ਼ਨ ਆਉਣਗੇ ਤੁਹਾਨੂੰ ਐਮਸੀਕਿਊਜ਼ ਪੰਜ ਅੰਕਾਂ ਦੇ ਇੱਕ ਹੀ ਅੰਕ ਦਾ ਹੋਏਗਾ ਪ੍ਰਸ਼ਨ ਨੰਬਰ 12 ਹੈ ਕਰਤਾ ਤਿਕੰਗੀ ਵਿੱਚੋਂ ਬਹੁ ਵਿਕਲਪੀ 6 ਵਿੱਚੋਂ ਪੰਜ ਪ੍ਰਸ਼ਨ ਆਉਣਗੇ ਇਹ ਵੀ ਤੁਹਾਡੇ ਬਹੁ ਵਿਕਲਪੀ ਹੋਣਗੇ 6 ਵਿੱਚੋਂ ਤੁਸੀਂ ਮਤਲਬ ਕੋਈ ਪੰਜ ਕਰਨੇ ਹੋਣਗੇ ਅੱਗੇ 13 ਹੈ ਪ੍ਰਸ਼ਨ ਨੰਬਰ 13 ਕਹਾਣੀ ਤੇ ਵਾਰਤਕ ਵਿੱਚੋਂ ਇਕਾਂਗੀ ਵਿੱਚੋਂ ਪੰਜ ਵਿੱਚੋਂ ਚਾਰ ਪ੍ਰਸ਼ਨ ਇੱਕ 70 ਵਾਲੀ ਇੱਕ ਲਾਈਨ ਵਾਲੇ ਮਤਲਬ ਇੱਕ 70 ਵਾਲੇ ਹੋਣਗੇ ਤੇ ਅੱਗੇ ਹੈ ਕਹਾਣੀ ਵਾਰਤਕ ਇਕਾਂਗੀ ਵਿੱਚੋਂ 25 ਤੋਂ 30 ਸ਼ਬਦਾਂ ਵਿੱਚ ਅੱਠ ਵਿੱਚੋਂ ਸੱਤ ਪ੍ਰਸ਼ਨ ਤੁਸੀਂ ਕਰਨੇ ਮਤਲਬ ਕਰਨੇ ਹੋਣਗੇ ਤੇ 14 ਅੰਕਾਂ ਦੇ ਹੋਣਗੇ ਇਹ ਦੋ-ਦੋ ਅੰਕ ਦਾ ਹਰੇਕ ਪ੍ਰਸ਼ਨ ਇਹ ਤੁਹਾਨੂੰ ਆਣਗੇ ਕਹਾਣੀ ਵਾਰਤਕ ਤੇ ਇਕਾਂਗੀ ਵਿੱਚੋਂ 25 ਤੋਂ 30 ਸ਼ਬਦਾਂ ਵਿੱਚ ਪ੍ਰਸ਼ਨ ਨੰਬਰ 15 ਹੈ ਕਵਿਤਾ ਤੇ ਵਾਰਤਕ ਵਿੱਚੋਂ 50 ਤੋਂ 60 ਸ਼ਬਦਾਂ ਵਿੱਚ ਆਉਣਗੇ ਇਹ 8 ਅੰਕਾਂ ਦੇ ਹੋਣਗੇ ਦੋ ਦੋ ਮਤਲਬ ਦੋ ਕੁਐਸਚਨ ਆਉਣਗੇ ਮਤਲਬ 4 4 ਅੰਕ ਦਾ ਇੱਕ ਪ੍ਰਸ਼ਨ ਹੋਏਗਾ ਤੇ ਇਕਾਂਗੀ ਵਿੱਚੋਂ ਤੁਹਾਡੇ ਦੋ ਪ੍ਰਸ਼ਨ ਮਤਲਬ ਹੋਣਗੇ ਇੱਕ ਪ੍ਰਸ਼ਨ ਜਿਹੜਾ 50 ਤੋਂ 60 ਸ਼ਬਦਾਂ ਵਿੱਚ ਲਿਖਣਾ ਹੋਏਗਾ ਤੇ ਇਹ ਹੋਏਗਾ ਤੁਹਾਡਾ 4 ਅੰਕਾਂ ਦਾ ਤੇ ਕੁੱਲ ਤੁਹਾਡੇ ਜਿਹੜੇ ਟੋਟਲ 80 ਮਾਰਕਸ ਬਣ ਜਾਂਦੇ ਐਵੇਂ 40 ਅੰਕਾਂ ਜਿਹੜਾ ਤੁਹਾਡਾ ਹੈ ਬੁੱਕ ਪਾਰਟ ਆਏਗਾ ਤੇ 40 ਅੰਕਾਂ ਦੀ ਜਿਹੜੀ ਹੈ ਤੁਹਾਡੀ ਵਿਆਖਿਆਣ ਆਏਗੀ ਅੱਗੇ ਹੈ ਆਪਣਾ ਜਿਹੜਾ ਇਹਦਾ ਪਾਠਕ੍ਰਮ ਹੈ ਉਹ ਤੁਸੀਂ ਦੇਖ ਲਓ ਕੀ ਕੀ ਹੈ ਤੁਹਾਡਾ ਸਿਲੇਬਸ ਸਭ ਤੋਂ ਪਹਿਲਾਂ ਪੜ੍ਹਨ ਕੌਸ਼ਲ ਵਿੱਚ ਹੈ ਅੰਡਿੱਠਾ ਪੈਰਾ ਵਾਰਤਕ ਅਤੇ ਕਾਵ ਟੁਕੜੀ ਫਿਰ ਵਿਆਕਰਣ ਦੇ ਵਿੱਚ ਹੈ ਸ਼ਬਦ ਰਚਨਾ ਸਮਾਸੀ ਸ਼ਬਦ ਬਹੁਅਰਥਕ ਸ਼ਬਦ ਕਿਰਿਆ ਵਿਸ਼ੇਸ਼ਣ ਅਗੇਤਰ ਪਿਛੇਤਰ ਮੁਹਾਵਰੇ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਵਿੱਚ ਹੈ ਲੇਖ ਰਚਨਾ ਚਿੱਠੀ ਪੱਤਰ ਤੇ ਚਿੱਤਰ ਵਰਣਨ ਅੱਗੇ ਨਿਰਧਾਰਿਤ ਜਿਹੜੀ ਪਾਠ ਪੁਸਤਕਾਂ ਨੇ ਤੁਹਾਨੂੰ ਪਤਾ ਹੀ ਹੈ ਸਾਹਿਤਮਾਲਾ ਜਿਹੜੀ ਹੈ ਉਸ ਵਿੱਚੋਂ ਤੋਂ ਕਾਵ ਰਚਨਾਵਾਂ ਕਿਹੜੀਆਂ ਨੇ ਤੁਹਾਡੀਆਂ ਸੋਕੇ ਮੰਦਾ ਆਖੀਂ ਕਿਰਪਾ ਕਰਕੇ ਬਖਸ਼ ਲਿਖੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਤਗੁਰ ਨਾਨਕ ਪਰਗਟਿਆ ਜੰਗ ਦਾ ਹਾਲ ਤੇ ਵਾਰਤਕ ਵਿੱਚੋਂ ਨੇ ਘਰ ਦਾ ਪਿਆਰ ਬੋਲੀ ਪ੍ਰਾਰਥਨਾ ਵੱਡੇ-ਵਡੇਰੇ ਤੁਰੰਦਾ ਹੁਨਰ ਤੇ ਵੰਗੀ ਵਿੱਚੋਂ ਤੁਹਾਡੀਆਂ ਨੇ ਜਿਹੜੀਆਂ ਕਹਾਣੀਆਂ ਨੇ ਉਹ ਨੇ ਕੁਲਫੀ ਅੰਗ ਸੰਗ ਤਤਹੀਟ ਲਬਦ ਤੇ ਇਕਾਂਗੀਆਂ ਨੇ ਤੁਹਾਡੀਆਂ ਜਫਰਨਾਮਾ ਤੇ ਦੂਜਾ ਵਿਆਹ 12ਵੀਂ ਸਲਾਨਾ ਪ੍ਰੀਖਿਆ ਅੰਕ ਵੰਡ ਤੇ ਬੱਚਿਓ ਇਸ ਵਿੱਚ ਆਪਾਂ ਅੰਕ ਵੰਡ ਕਰਾਂਗੇ ਜਮਾਤ 12ਵੀਂ ਦੇ ਜਿਹੜਾ ਨਿਊ ਸਿਲੇਬਸ ਹੈ ਇਸ ਵਰ ਉਹਦੀ ਸਭ ਤੋਂ ਪਹਿਲਾਂ ਆਪਣਾ ਐਡਵਾਂਸ ਪੜਨ ਕੋਸ਼ਲਾਏਗਾ ਜੋ ਕਿ ਤੁਹਾਡਾ ਹੋਏਗਾ 23 ਮਾਰਕਸ ਦਾ ਇਸ ਵਿੱਚ ਕੀ ਕੀ ਹੋਏਗਾ ਨੰਬਰ 1 ਹੈ ਅੰਡਿੱਠਾ ਪੈਰਾ ਫਿਰ ਹੈ ਪੱਤਰ ਤੇ ਨੰਬਰ 3 ਹੈ ਪੈਰਾ ਰਚਨਾ ਤੇ ਅੰਡਿੱਠਾ ਪੈਰਾ ਜਿਹੜਾ ਹੈ ਉਹ ਹੋਏਗਾ ਤੁਹਾਡਾ 8 ਅੰਕਾਂ ਦਾ ਪੱਤਰ ਹੋਏਗਾ 8 ਦਾ ਤੇ ਪੈਰਾ ਰਚਨਾ ਹੋਏਗੀ 7 ਅੰਕਾਂ ਦੀ ਇਸ ਤਰ੍ਹਾਂ ਤੁਹਾਡੇ 23 ਮਾਰਕਸ ਬਣ ਗਏ ਇਹਦੇ ਤੇ ਅੱਗੇ ਵਿਹਾਰਕ ਵਿਆਕਰਨ ਹੈ ਜਿਹੜੀ ਉਸ ਵਿੱਚ ਤੁਹਾਡਾ ਹੈ ਵਾਕ ਬਟਾਂਦਰਾ ਤੇ ਅਖਾਣ ਇਹ કુલ 13 ਅੰਕਾਂ ਦੇ ਹੋਣਗੇ ਵਾਕ ਬਟਾਂਦਰਾ 3 ਅੰਕਾਂ ਦਾ ਆਏਗਾ ਤੇ ਅਖਾਣ ਜਿਹੜੇ ਆ ਉਹ 10 ਅੰਕਾਂ ਦੇ ਆਣਗੇ ਅੱਗੇ ਹੈ ਕਵਿਤਾਵਾਂ ਮਤਲਬ ਰੀਡਰ ਚੋਂ ਬੁੱਕ ਚੋਂ ਪ੍ਰਸੰਗ ਸਹਿਤ ਵਿਆਖਿਆ ਆਏਗੀ ਤੁਹਾਡੀ ਕਵਿਤਾਵਾਂ ਵਿੱਚੋਂ 5 3 5 ਨੰਬਰ ਦਾ ਤੇ ਤੁਹਾਡਾ ਜਿਹੜਾ ਹੈ ਵਿਆਖਿਆ 3 ਅੰਕਾਂ ਦਾ ਜਿਹੜਾ ਪ੍ਰਸੰਗ ਹੈ ਇਸ ਤਰ੍ਹਾਂ ਟੋਟਲ 8 ਅੰਕ ਹੋਗੇ ਸਤਵਾਂ ਨੰਬਰ ਹੈ ਬਹੁ ਵਿਕਲਪੀ ਪ੍ਰਸ਼ਨ ਇਸ ਵਿੱਚ ਤੁਹਾਨੂੰ ਕਵਿਤਾਵਾਂ ਵਿੱਚ ਚਾਰ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਚਾਰ ਅੰਕਾਂ ਦੇ ਹੋਣਗੇ ਇੱਕ ਇੱਕ ਅੰਕ ਦਾ ਕਹਾਣੀਆਂ ਵਿੱਚ ਤੁਹਾਨੂੰ ਜਿਹੜਾ ਹੈ 19 ਨੰਬਰ ਦਾ ਜਿਹੜਾ ਆਏਗਾ ਸਭ ਤੋਂ ਪਹਿਲਾਂ ਵੱਡਾ ਪ੍ਰਸ਼ਨ ਹੈ ਉਸ ਤੋਂ ਬਾਅਦ ਹੈ ਬਹੁ ਵਿਕਲਪੀ ਪ੍ਰਸ਼ਨ ਫਿਰ ਹੈ 25 ਤੋਂ 30 ਸ਼ਬਦਾਂ ਵਾਲੇ ਪ੍ਰਸ਼ਨ ਇਸ ਤਰ੍ਹਾਂ ਟੋਟਲ ਜਿਹੜੇ 100 ਅੰਕ ਹੋਗੇ ਤੁਹਾਡੇ ਤੇ ਇਹ ਤੁਹਾਡੀ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਤੇ ਇਸ ਦਾ ਜਿਹੜਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਉਣਗੇ ਬਹੁ ਵਿਕਲਪੀ ਪ੍ਰਸ਼ਨ ਤਿੰਨ ਆਉਣਗੇ ਤੇ 21 ਅੰਕ ਦਾ ਹੋਏਗਾ ਇਹ ਤੇ ਦੂਸਰਾ ਹੈ 70 ਤੋਂ 80 ਸ਼ਬਦਾਂ ਵਿੱਚ ਪ੍ਰਸ਼ਨ ਆਉਣਗੇ ਦੋ ਜੋ ਕਿ 8 ਅੰਕਾਂ ਦੇ ਹੋਣਗੇ 4-4 ਅੰਕ ਦਾ ਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਤੁਹਾਨੂੰ ਜਿਹੜਾ ਹੈ 11 ਅੰਕਾਂ ਦਾ ਇਸ ਵਿੱਚ ਪੇਪਰ ਆਣਾ ਹੈ ਤੇ ਬੱਚਿਓ ਇਹ ਸੀ ਤੁਹਾਡੀ ਪੰਜਾਬੀ ਪੰਜਾਬੀ ਸੀਬੀਐਸਸੀ ਕਲਾਸ 12th ਅੰਕਵੰਡ ਤੇ ਸਿਲੇਬਸ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ